ਅਸਲਾਮ ਵਾਲੇਕਮ ਵੀਰੋ, ਕੀ ਹਾਲ ਚਾਲ ਹੈ? ਵੀਰੋ, ਅੱਜ ਉਹ ਦਿਨ ਆ ਗਿਆ ਜਿਹਦਾ ਸਾਰਿਆਂ ਨੂੰ ਬੜਾ ਬੇਸਬਰੀ ਦੇ ਨਾਲ ਇੰਤਜ਼ਾਰ ਸੀ। 19 ਅਗਸਤ ਬਾਬਾ ਬਕਾਲਾ ਸਾਹਿਬ ਦੀ ਧਰਤੀ ਉੱਤੇ ਇੱਕ ਵੱਡਾ ਸੰਗਤਾਂ ਦਾ ਇਕੱਠ ਹੋਇਆ ਹੈ ਅਤੇ ਉੱਥੇ ਭਾਈ ਸਰਬਜੀਤ ਸਿੰਘ ਅਤੇ ਅੰਮ੍ਰਿਤਪਾਲ ਸਿੰਘ ਦੇ ਪਿਤਾ ਨੇ ਕੁਛ ਬਹੁਤ ਵੱਡੇ ਐਲਾਨ ਕੀਤੇ ਆ ਜਿਨ੍ਹਾਂ ਸਰਕਾਰਾਂ ਹਿੱਲ ਗਈਆਂ ਵਾ। ਵੀਰੋ, ਕੀ ਐਲਾਨ ਕੀਤੇ ਆ ਇਹ ਅਸੀਂ ਅੱਜ ਦੀ ਵੀਡੀਓ ਜਾਣਾਂਗੇ, ਤਾਂ ਚੱਲ ਕੇ ਵੀਡੀਓ ਦੇਖਦੇ ਹਾਂ ਅਤੇ ਇਸਦੇ ਬਾਰੇ ਜਾਣਦੇ ਹਾਂ। ਪੰਜਾਬੀ ਬਾਬਾ ਬਕਾਲਾ ਸਾਹਿਬ ਦੀ ਧਰਤੀ ਦੇ ਉੱਤੇ ਭਾਈ ਅੰਮ੍ਰਿਤਪਾਲ ਨੂੰ ਛਡਾਉਣ ਦੀਆਂ ਤਿਆਰੀਆਂ ਜਿਹੜੀਆਂ ਕਿ ਬਹੁਤ ਜ਼ਿਆਦਾ ਤੇਜ਼ ਕਰ ਦਿੱਤੀਆਂ ਗਈਆਂ ਨੇ। ਜਿਹੜੇ ਕਿ ਭਾਈ ਸਰਬਜੀਤ ਸਿੰਘ ਜੀ ਖਾਲਸਾ, ਉਹਨਾਂ ਨੇ ਬਹੁਤ ਵੱਡਾ ਐਲਾਨ ਕਰ ਦਿੱਤਾ ਹੈ। ਤੁਹਾਨੂੰ ਸੁਣ ਕੇ ਖੁਸ਼ੀ ਵੀ ਹੋਊਗੀ ਤੇ ਬਹੁਤ ਵੱਡਾ ਸਾਡੇ ਸਿੰਘ ਸਾਡੀ ਕੌਮ ਤੇ ਕਹਿ ਲਓ ਇੱਕ ਜਜ਼ਬਾ ਵੀ ਮਤਲਬ ਐਸਾ ਮਤਲਬ ਪੈਦਾ ਕਰ ਦਿੱਤਾ ਇਹਨਾਂ ਨੇ ਸਿੰਘਾਂ ਨੇ ਕਿ ਤੁਹਾਨੂੰ ਉਹਨਾਂ ਦੇ ਉੱਤੇ ਬਹੁਤ ਜ਼ਿਆਦਾ ਗਰਵ ਹੋਊਗਾ। ਸਭ ਤੋਂ ਵੱਡੀ ਅਪਡੇਟ ਤਾਂ ਪਹਿਲੀ ਇਹ ਹੈ ਵੀ ਜਿਹੜਾ ਭਾਈ ਅੰਮ੍ਰਿਤਪਾਲ ਸਿੰਘ ਨੂੰ ਹਰ ਰੋਜ਼ ਤਿਆਰੀਆਂ ਹਰ ਰੋਜ਼ ਹੀ ਮਤਲਬ ਆਪਾਂ ਦੇਖਦੇ ਸੀ, ਤਿਆਰੀ ਤੇ ਤਿਆਰੀ ਸ਼ੁਰੂ ਕੀਤੀ ਜਾਂਦੀ ਸੀ, ਕਿਤੇ ਵੱਡੇ ਵੱਡੇ ਇਕੱਠ, ਕਿਤੇ ਰੋਡ ਜਾਮ। ਪਰ ਹੁਣ ਬਾਬਾ ਬਕਾਲਾ ਸਾਹਿਬ ਦੀ ਜਿਹੜੀ ਕਿ ਮੈਂ ਤੁਹਾਨੂੰ ਹਰ ਰੋਜ਼ ਹੀ ਵੀਡੀਓ ਦੇ ਵਿੱਚ ਜ਼ਿਕਰ ਕਰਦਾ ਹੁੰਦਾ ਸੀ ਵੀ 19 ਤਰੀਕ ਨੂੰ ਯਾਨੀ 19 ਅਗਸਤ ਨੂੰ ਅੱਜ ਬਾਬਾ ਬਕਾਲਾ ਸਾਹਿਬ ਦੀ ਧਰਤੀ ਦੇ ਉੱਤੇ ਉਹ ਹੋਣ ਜਾ ਰਿਹਾ ਜਿਹੜੇ ਤੋਂ ਮਤਲਬ ਸਰਕਾਰ ਨੂੰ ਕੰਬਣੀ ਚੜ ਚੁੱਕੀ ਹੈ। ਕਿਉਂ? ਕਿਉਂਕਿ ਗੱਲ ਇਹ ਆ ਵੀ ਹੁਣ ਬਾਬਾ ਬਕਾਲਾ ਸਾਹਿਬ ਦੀ ਧਰਤੀ ਦੇ ਉੱਤੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਤੇ ਬੰਦੀ ਸਿੰਘਾਂ ਨੂੰ ਛਡਾਉਣ ਦੀ ਤਿਆਰੀ ਤਾਂ ਕਰਨੀ ਹੀ ਸੀ, ਪਰ ਇੱਕ ਹੋਰ ਵੱਡਾ ਐਲਾਨ ਕਰ ਦਿੱਤਾ ਜਿਹਦੇ ਨਾਮ ਤੋਂ ਇਹ ਸਰਕਾਰ ਨੂੰ ਵੀ ਡਰ ਲੱਗ ਰਿਹਾ ਤੇ ਹੋਰ ਵੀ ਮਤਲਬ ਲੋਕਾਂ ਦੀਆਂ ਨਜ਼ਰਾਂ ਗੜੀਆਂ ਹੋਈਆਂ ਨੇ ਇਸ ਗੱਲ ਦੇ ਉੱਤੇ। ਬੜੀ ਮਤਲਬ ਇੱਕ ਅਹਿਮ ਗੱਲ ਹੈ। ਗੱਲ ਕੀ ਹੈ ਵੀ ਇੱਕ ਭਾਈ ਅੰਮ੍ਰਿਤਪਾਲ ਸਿੰਘ ਨੇ ਤੇ ਸਰਬਜੀਤ ਸਿੰਘ ਜੀ ਖਾਲਸਾ ਨੇ, ਇਹਨਾਂ ਦੋਵਾਂ ਦਾ ਫੈਸਲਾ ਬਹੁਤ ਵੱਡਾ ਜਿਹੜਾ ਕਿ ਹੋਣਾ ਵੀ ਚਾਹੀਦਾ ਸੀ, ਉਹ ਇਹ ਹੈ ਕਿ ਇੱਕ ਨਵੀਂ ਪਾਰਟੀ ਦਾ ਗਠਨ ਕੀਤਾ ਜਾਊਗਾ, ਇੱਕ ਨਵੀਂ ਪਾਰਟੀ ਬਣਾਈ ਜਾਊਗੀ ਪੰਜਾਬ ਦੇ ਅੰਦਰ। ਕਿ ਜਿਵੇਂ ਹੁਣ ਸਾਡੇ ਪੰਜਾਬ ਨੂੰ ਲੈ ਕੇ ਹਰ ਰੋਜ਼ ਆਪਾਂ ਦੇਖਦੇ ਹਾਂ ਕਿਵੇਂ ਜੂਝ ਰਿਹਾ ਪੰਜਾਬ, ਹਰ ਪਾਸਿਓਂ ਪੰਜਾਬ ਨੂੰ ਘੇਰਾ ਪਾਇਆ ਜਾਂਦਾ ਆਪਣੇ ਆਪ ਦੀ ਹੀ ਸਰਕਾਰ ਦੇ ਦੁਆਰਾ, ਕਿਉਂਕਿ ਲੋਕਾਂ ਨੇ ਬੜੇ ਹੀ ਮਤਲਬ ਇੱਕ ਪਿਆਰ ਸਤਿਕਾਰ ਦੇ ਨਾਲ ਇਹ ਸਰਕਾਰ ਜਿਹੜੀ ਕਿ ਹੈਗੀ ਆ ਗੰਦੀ ਚੁਣੀ ਸੀ। ਮੰਨ ਲਓ ਆਪਾਂ ਇਹ ਗੱਲ ਕਹਿ ਸਕਦੇ ਹਾਂ ਵੀ ਜਿਵੇਂ ਸਿਰ ਦੇ ਉੱਤੇ ਚੱਕ ਕੇ ਮੁੱਖ ਮੰਤਰੀ ਨੂੰ ਕੁਰਸੀ ਤੇ ਬਿਠਾ ਦਿੱਤਾ ਸਾਡੇ ਲੋਕਾਂ ਨੇ, ਤੇ ਹੁਣ ਇੰਨਾ ਜ਼ਿਆਦਾ ਯਾਨੀ ਜ਼ੁਲਮ ਵੱਧ ਚੁੱਕਿਆ ਕਿ ਹੱਦ ਹੀ ਕੋਈ ਨਹੀਂ, ਸ਼ਬਦ ਹੀ ਕੋਈ ਨਹੀਂ ਯਾਰ, ਕੋਈ ਮਾਫ਼ੀ ਦੇ ਲਾਇਕ ਨਹੀਂ ਹੈਗਾ ਇਹਨਾਂ ਦੇ ਵਿੱਚੋਂ। ਕਿਉਂਕਿ ਮੈਂ ਅਪੀਲਾਂ ਕਰਦਾ ਰਿਹਾ ਵੀ ਇਹਨਾਂ ਦੇ MLA ਨੂੰ, ਇਹਨਾਂ ਦੇ MPਾਂ ਨੂੰ ਵੀ ਭਾਈ ਤੁਸੀਂ ਕੋਈ ਹਾਂ ਦਾ ਨਾਰਾ ਮਾਰੋ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ ਦੇ ਵਿੱਚ ਉੱਠ ਕੇ, ਪਰ ਨਹੀਂ, ਕਿਸੇ ਨੇ ਵੀ ਕਦੇ ਸਾਡੀ ਅਪੀਲ ਦੀ ਕੋਈ ਗੌਰ ਨਹੀਂ ਕੀਤੀ, ਕੋਈ ਗੱਲ ਨਹੀਂ ਸੁਣੀ। ਤੁਸੀਂ ਹੁਣ ਸੋਚਦੇ ਹੋਵੋਗੇ ਕੁਛ ਵੀਰ ਕਿ ਅਸੀਂ ਕੌਣ ਆ ਅਪੀਲ ਕਰਨ ਵਾਲੇ, ਅਸੀਂ ਸਾਡੇ ਪੰਜਾਬ ਦੇ ਵਸਨੀਕ ਹਾਂ, ਸਾਡੀ ਕੌਮ ਦੇ ਉਹ ਹਿੱਸਾ ਗੇ। ਜਿਹੜਾ ਕਿ ਮੰਨ ਲਓ ਮੇਰੀ ਥਾਂ ਤੇ ਕੋਈ ਲੀਡਰ ਬੋਲਦਾ ਹੁੰਦਾ ਤਾਂ ਉਹਦੇ ਤੇ ਪਤਾ ਨਹੀਂ ਕਿੰਨੇ ਕੁ ਸਵਾਲ ਉੱਠਣੇ ਸੀ ਵੀ ਫਲਾਣੇ ਲੀਡਰ ਨੇ ਅਪੀਲ ਕੀਤੀ ਤੇ ਉਹਦੀ ਅਪੀਲ ਦੀ ਤੋਹਿਨ ਹੋ ਗਈ ਤੇ ਉਹਨੂੰ ਮਤਲਬ ਕੋਈ ਵੀ ਮਤਲਬ ਉਹਨੂੰ ਗੌਰ ਨਹੀਂ ਕਰੀ ਕਿਸੇ ਨੇ ਤੇ ਉਹਨੂੰ ਅਣਦੇਖਿਆ ਕੀਤਾ ਗਿਆ। ਪਰ ਮੈਂ ਉਹ ਮਤਲਬ ਸਿੰਘ ਹਾਂ ਜਿਹੜਾ ਕਿ ਮੇਰਾ ਅੰਦਰੋਂ ਜਿਹੜਾ ਹਿਰਦਾ ਉਹ ਮੇਰਾ ਮੇਰੇ ਗੁਰੂ ਪੀਰਾਂ ਦੇ ਨਾਲ ਜੁੜਿਆ ਹੋਇਆ, ਉਹ ਆਪਣੀ ਆਪਣੀ ਸਮਝ ਆਪਦੇ ਅੰਦਰ ਹੁੰਦੀ ਹੈ। ਕਿਉਂ ਕਈ ਬੰਦੇ ਸਵਾਲ ਕਰ ਦਿੰਦੇ ਨੇ ਵੀ ਤੂੰ ਕਿਹੜਾ ਸਿੰਘ ਆ ਜਾਂ ਸਿੱਖ ਆ? ਮੈਂ ਸਿੱਖ ਹੀ ਹਾਂ, ਪਰ ਮੇਰਾ ਲਕਸ਼ ਕੀ ਹੈ ਵੀ ਸਾਡੀ ਕੌਮ ਦੇ ਉੱਤੇ ਜਦੋਂ ਕੋਈ ਸਵਾਲ ਉੱਠਦੇ ਨੇ
ਬਥੇਰੇ ਮਤਲਬ ਮੈਨੂੰ ਕਮੈਂਟ ਆਉਂਦੇ ਨੇ, ਪਰ ਮੈਂ ਉਹਨਾਂ ਦੇ ਜਵਾਬ ਵੀ ਦਿੰਦਾ ਠੋਕ ਕੇ, ਕਿਵੇਂ ਸਾਡੀ ਕੌਮ ਦੇ ਉੱਤੇ ਜਦੋਂ ਵੀ ਕੋਈ ਜ਼ੁਲਮ ਦੀ ਗੱਲ ਹੁੰਦੀ ਹੈ ਤਾਂ ਸਾਡਾ ਹਿਰਦਾ ਵੀ ਵਰੁੰਧਰਿਆ ਜਾਂਦਾ, ਕਿਉਂਕਿ ਅਸੀਂ ਵੀ ਉਸੇ ਕੌਮ ਦੇ ਇੱਕ ਵਾਰਸ ਹਾਂ, ਉਸੇ ਹੀ ਪੰਜਾਬ ਦੇ ਇੱਕ ਵਾਸੀ ਹਾਂ, ਜਿੱਥੇ ਸਾਡੇ ਯੋਧਿਆਂ ਦਾ ਖੂਨ ਡੁੱਲਿਆ ਉੱਥੋਂ ਹੀ ਅਸੀਂ ਪੈਦਾ ਹੋਏ ਹਾਂ, ਉਹਨਾਂ ਦੀ ਇੱਕ ਅੰਸ਼ ਹਾਂ ਅਸੀਂ। ਪਰ ਹੁਣ ਬਹੁਤ ਵੱਡੀ ਜਿਹੜੀ ਅਪਡੇਟ ਭਾਈ ਅੰਮ੍ਰਿਤਪਾਲ ਨੂੰ ਲੈ ਕੇ ਉਹ ਇਹੀ ਆ ਵੀ ਰਿਹਾਈ ਦੇ ਜਿਹੜੇ ਕਿ ਮਤਲਬ ਕਹਿ ਸਕਦੇ ਆ ਰਾਸਤੇ ਖੁੱਲ ਸਕਦੇ ਨੇ, ਬਹੁਤ ਵਧੀਆ ਯਾਨੀ ਖੁਸ਼ੀ ਦੇ ਇੱਕ ਖਬਰ ਆ ਸਕਦੀ ਹੈ, ਕਿਉਂਕਿ ਹਰ ਰੋਜ਼ ਦੇਖਦੇ ਹਾਂ, ਹਰ ਰੋਜ਼ ਕਿਤੇ ਨਾ ਕਿਤੇ ਨਵੀਂ ਤੋਂ ਨਵੀਂ ਕਹਾਣੀ ਗੜ ਦਿੰਦੀ ਹੈ ਸਰਕਾਰ ਸਾਡੇ ਨੌਜਵਾਨਾਂ ਦੇ ਨਾਲ, ਕਿਤੇ ਕੁਛ ਹੋ ਜਾਂਦਾ, ਕਿਤੇ ਬੇਅਦਮੀਆਂ ਕਰਵਾ ਦਿੰਦੀ ਹੈ ਕਿ ਭਾਈ ਅੰਮ੍ਰਿਤਪਾਲ ਦੇ ਮੁੱਦੇ ਤੋਂ ਧਿਆਨ ਭਟਕ ਕੇ ਜਨਤਾ ਦਾ ਬੇਅਦਬੀ ਦੇ ਪਾਸੇ ਨੂੰ ਹੋ ਜੇ। ਪਰ ਇਹਨਾਂ ਨੂੰ ਪਤਾ ਨਹੀਂ, ਮੈਂ ਪਹਿਲਾਂ ਵੀ ਕਿਹਾ ਸੀ ਵੀ ਬਾਬਾ ਬਕਾਲਾ ਸਾਹਿਬ ਦੇ ਉੱਤੇ ਜਿੱਦੇ ਇਕੱਠ ਹੋਣਾ ਨਾ ਉੱਥੇ ਧਰਤੀ ਤੇ ਉਹਦੇ ਸਰਕਾਰ ਦੀ ਚੀਕ, ਜੇ ਅੱਜ ਦਾ ਦਿਨ ਤੁਸੀਂ ਯਾਦ ਰੱਖਿਓ, ਜੇ ਕਿਤੇ ਚੀਕ ਨਾ ਘਟਾਏ ਕਢਾਈ ਇਹਨਾਂ ਦੀ ਤਾਂ ਤੁਸੀਂ ਯਾਦ ਰੱਖਿਓ ਯਾਰ, ਜਿਹੜਾ ਬੰਦਾ ਮਰਜ਼ੀ ਕਮੈਂਟ ਕਰ ਦੇਵੇ, ਕਿਉਂਕਿ ਸਰਕਾਰ ਹਿੱਲ ਚੁੱਕੀ ਹੈ, ਇਸ ਗੱਲ ਦਾ ਅੰਦਾਜ਼ਾ ਅਸੀਂ ਵੀ ਲਾ ਚੁੱਕੇ ਹਾਂ, ਤੇ ਤੁਹਾਡੇ ਮਤਲਬ ਜਿੰਨੇ ਵੀ ਤੁਸੀਂ ਸਾਡੇ ਭੈਣ ਭਰਾ ਗੇ ਤੁਹਾਨੂੰ ਵੀ ਪਤਾ ਲੱਗ ਚੁੱਕਿਆ ਹੋਊਗਾ ਵੀ ਸਰਕਾਰ ਦੇ ਪੈਰਾਂ ਥੱਲੋ ਜ਼ਮੀਨ ਹਿੱਲ ਚੁੱਕੀ ਹੈ, ਇਹਦੇ ਵਿੱਚ ਦੋ ਕੋਈ ਰਾਇ ਹੈ ਨਹੀਂ ਗੀਆਂ, ਕਿਉਂਕਿ ਤੁਸੀਂ ਦੇਖਿਆ ਹੋਣਾ ਵੀ ਹੁਣ ਸਾਡੇ ਪੰਜਾਬ ਦਾ ਮੁੱਖ ਮੰਤਰੀ ਇੰਨਾ ਕੁ ਡਰਿਆ ਹੋਇਆ ਵੀ ਸ਼ੀਸ਼ੇ ਦੇ ਕੈਬਨ ਦੇ ਵਿੱਚ ਜਿਹੜਾ ਕਿ ਬੁਲਟ ਪਰੂਫ ਹੁੰਦਾ ਉਹਦੇ ਵਿੱਚ ਖੜ ਕੇ ਸਪੀਚ ਦੇਣ ਲੱਗ ਜਾਵੇ ਤੇ ਫਿਰ ਇਹ ਦੇਸ਼ ਆਜ਼ਾਦ, ਆਪਣਾ ਪੰਜਾਬ ਆਜ਼ਾਦ ਕਿਵੇਂ ਹੋ ਸਕਦਾ? ਆਪਾਂ ਕਹਿੰਦੇ ਹਾਂ ਵੀ ਆਜ਼ਾਦੀ ਮਿਲ ਗਈ, ਨਹੀਂ ਮਿਲੀ, ਹੋਰਾਂ ਨੂੰ ਮਿਲ ਗਈ ਹੋਣੀ, ਸਾਡੇ ਪੰਜਾਬ ਦੇ ਵਿੱਚ ਆਜ਼ਾਦੀ ਨਹੀਂ ਮਿਲੀ ਸਾਡੇ ਲੋਕਾਂ ਨੂੰ। ਜਦੋਂ ਤੁਸੀਂ ਸਮਝੋ ਵੀ ਪੰਜਾਬ ਦਾ ਮੁੱਖ ਮੰਤਰੀ ਉਹ ਜਿਵੇਂ ਕਹਿੰਦੇ ਹੁੰਦੇ ਆ ਵੀ ਚੱਡਿਆਂ ਚ ਪੂਸ ਲੈਣ ਵਾਲੀ ਗੱਲ ਹੋ ਗਈ, ਕੈਬਨ ਦੇ ਵਿੱਚ ਖੜ ਕੇ ਬੰਦਾ ਸਪੀਚ ਦੇ ਰਿਹਾ ਤੇ ਸਾਡੀ ਆਮ ਜਨਤਾ ਤੇ ਫਿਰ ਇਹ ਸੁਰੱਖਿਅਤ ਕਿਵੇਂ ਹੋ ਸਕਦੀ ਹੈ? ਫਿਰ ਅਗਲਾ ਕਹਿੰਦਾ ਜੀ ਗਰਮ ਖਿਆਲ ਨੇ, ਗਰਮ ਬੋਲਦੇ ਨੇ, ਗਰਮ ਬੋਲਣਾ ਪੈਂਦਾ ਹੈ ਜਦੋਂ ਸਾਡੀ ਕੌਮ ਦੇ ਉੱਤੇ ਗੱਲ ਆਉਂਦੀ ਹੈ। ਭਾਈ ਅੰਮ੍ਰਿਤਪਾਲ ਸਿੰਘ ਨੂੰ ਹੁਣ ਕਿੰਨੇ ਕੁ ਲੋਕਾਂ ਦੇ ਗਲ ਪੱਕ ਗਏ ਹੋਣਗੇ, ਮੈਂ ਕਹਿੰਦਾ ਵੀ ਕਹਿ ਕਹਿ ਕੇ ਵੀ ਭਾਈ ਇਹਨੂੰ ਬਾਹਰ ਕੱਢੋ, MP ਜਿਤਾਏ ਹੋਏ ਬੰਦੇ ਨੂੰ ਤੁਸੀਂ ਕਿਹੜੇ ਸੰਵਿਧਾਨ ਦੇ ਆਧਾਰ ਤੇ ਰੱਖ ਸਕਦੇ ਹੋ? ਜਾਂ ਫਿਰ ਹਾਂ ਸੰਵਿਧਾਨ ਦੇ ਵਿੱਚ ਲਿਖੀ ਹੋਈ ਗੱਲ ਦਿਖਾ ਦਿਓ ਵੀ ਜਿਹੜਾ ਕੋਈ MP ਜਿੱਤੇ ਬੰਦਾ ਉਹਨੂੰ ਜਨਤਾ ਨੂੰ ਚੁਣੇ ਤੇ ਉਸ ਚੁਣੇ ਹੋਏ ਬੰਦੇ ਨੂੰ ਅੰਦਰ ਰੱਖ ਸਕੋ, ਕਿਉਂਕਿ ਹੁਣ ਤਾਂ ਤੁਹਾਨੂੰ ਜਿਹੜੀ ਕਿ ਸਾਡੇ ਹਿੰਦੁਸਤਾਨ ਦੇ ਵਿੱਚ ਸੁਪਰੀਮ ਕੋਰਟ ਉੱਚ ਅਦਾਲਤ ਹੈ ਸਾਰਿਆਂ ਤੋਂ ਵੱਡੀ, ਉਹਨਾਂ ਨੇ ਵੀ ਨੋਟਿਸ ਜਾਰੀ ਕੀਤਾ, ਨਹੀਂ ਸੋਰੀ ਪੰਜਾਬ ਦੇ ਤੇ ਹਰਿਆਣੇ ਦੇ ਹਾਈ ਕੋਰਟ ਨੇ ਉਹਨਾਂ ਨੇ ਨੋਟਿਸ ਜਾਰੀ ਕੀਤਾ ਦੋਵੇਂ ਸਰਕਾਰਾਂ ਨੂੰ, ਤੇ ਉਹਦੇ ਉੱਤੇ ਸੀਗਾ ਸਵਾਲ, ਮੇਰਾ ਖਿਆਲ 28 ਅਗਸਤ ਦਾ ਸੀ, 28 ਦਾ ਸੀ ਪਤਾ ਨੀ 19 ਅਗਸਤ ਦਾ, ਤਾਂ ਉਹਦੇ ਤੇ ਜਵਾਬ ਮੰਗਿਆ ਸੀ ਦੋਨੇ ਸਰਕਾਰਾਂ ਤੋਂ। ਉਹ ਕਿਉਂ ਕੀਤਾ ਸੀ? ਇਹਨਾਂ ਦੀ ਨਾਕਾਮੀ ਕਿਤੇ ਨਾ ਕਿਤੇ ਦਿਖਦੀ ਹੈ ਹਾਈ ਕੋਰਟ ਨੂੰ ਵੀ ਭਾਈ ਅੰਮ੍ਰਿਤਪਾਲ ਸਿੰਘ ਨੂੰ ਕਿਹੜੀ ਗੱਲ ਦੇ ਤਹਿਤ ਤੁਸੀਂ ਰੱਖਿਆ ਹੋਇਆ NSA ਲਾ ਕੇ, ਇਹਦਾ ਜਵਾਬ ਦਿਓ। ਪਰ ਜਵਾਬ ਤਾਂ ਹੈ ਹੀ ਨਹੀਂ, ਕਿਉਂਕਿ ਜਵਾਬ ਤਾਂ ਇਹੀ ਆ ਵੀ ਸਾਨੂੰ ਡਰ ਲੱਗਦਾ। ਹੁਣ ਇਹ ਕੋਰਟ ਦੇ ਵਿੱਚ ਕਿਵੇਂ ਕਹਿਣਗੇ ਵੀ ਸਾਨੂੰ ਡਰ ਲੱਗਦਾ ਜੀ ਤਾਂ ਕਰਕੇ ਰੱਖਿਆ? ਇੱਕ ਫਿਰ ਕਾਨੂੰਨ ਦੇ ਅੰਤਰਗਤ ਨਹੀਂ ਆਉਂਦੀ ਗੱਲ। ਇਸ ਕਰਕੇ ਸਰਕਾਰਾਂ ਨੇ ਬਹੁਤ ਤਕੜਾ ਜਾਲ ਬੁਣਿਆ ਹੋਇਆ ਸੀ, ਜਿਹੜਾ ਕਿ ਜਾਲ ਹੁਣ ਟੁੱਟਦਾ ਨਜ਼ਰ ਆ ਰਿਹਾ। ਭਾਈ ਅੰਮ੍ਰਿਤਪਾਲ ਸਿੰਘ ਨੂੰ ਕਿਤੇ ਨਾ ਕਿਤੇ ਰਿਹਾਈ ਦੀ ਜਿਹੜੀ ਕਿ ਮੰਗ ਉੱਠੀ ਸੀ
ਉਹਦੇ ਰਾਸਤੇ ਖੁੱਲਦੇ ਨਜ਼ਰ ਆ ਰਹੇ ਨੇ ਪੰਜਾਬੀਓ। ਇੱਕ ਤਰ੍ਹਾਂ ਜਿਵੇਂ ਕਹਿ ਸਕਦੇ ਆ ਵੀ ਖੁਸ਼ੀ ਦਾ ਜਿਹੜਾ ਕਿ ਦਿਨ ਹੈ ਉਹ ਨਜ਼ਦੀਕ ਨੂੰ ਆਉਂਦਾ ਨਜ਼ਰ ਆ ਰਿਹਾ, ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ। ਜਿਹੜੀਆਂ ਮੇਰੀਆਂ ਗੱਲਾਂ ਕਹੀਆਂ ਹੋਈਆਂ ਤਾਂ ਐਂ ਲਾ ਲਓ ਵੀ ਬਾਈ ਯਾਰ ਮੈਨੂੰ ਤਾਂ ਵੈਸੇ ਹੀ ਮਤਲਬ ਕੋਈ ਪਰਮਾਤਮਾ ਨਹੀਂ ਬਖਸ਼ਿਆ, ਆਪਾਂ ਮਾਣ ਨਹੀਂ ਕਰਦੇ ਕਿਉਂਕਿ ਆਪਾਂ ਕਿਸੇ ਨੂੰ ਮਾੜਾ ਨਹੀਂ ਕਿਹਾ। ਜਿਹੜਾ ਆਪਣੀ ਜ਼ਬਾਨ ਤੋਂ ਲੰਘਿਆ ਉਹ ਬਾਈ 100% ਮੇਰੇ ਹਿਸਾਬ ਨਾਲ ਜਿੱਥੋਂ ਤੱਕ ਸਾਨੂੰ ਪਤਾ ਸੱਚ ਹੀ ਹੈ, ਕਿਉਂਕਿ ਪਰਮਾਤਮਾ ਨੂੰ ਯਾਦ ਕਰਕੇ ਆਪਾਂ ਜਿਹੜੀ ਗੱਲ ਕਹਿੰਦੇ ਹਾਂ ਉਹ ਆਪਾਂ ਦਲੀਲਾਂ ਦੇ ਆਧਾਰ ਤੇ ਸੱਚ ਦੇ ਆਧਾਰ ਤੇ ਬੋਲਦੇ ਹਾਂ, ਕੋਈ ਐਂ ਨਹੀਂ ਵੀ ਆਪਾਂ ਝੂਠ ਤੂਫਾਨ ਮਾਰ ਕੇ ਕੁਛ ਖੱਟਣਾ। ਸੋ ਹੁਣ ਮੇਰੀ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਹੈ ਇਸ ਵੀਡੀਓ ਨੂੰ ਆਪਣੀ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਜੀ, ਅੱਗੇ ਤੁਹਾਡੀ ਜ਼ਿੰਮੇਵਾਰੀ ਹੈ ਸ਼ੇਅਰ ਕਰਨਾ ਜਾਂ ਨਾ ਕਰਨਾ, ਅਤੇ ਜਿਹੜਾ ਭੈਣ ਭਰਾ ਕੋਈ ਨਵਾਂ ਚੈਨਲ 'ਤੇ ਉਹ ਸਬਸਕ੍ਰਾਈਬ ਜ਼ਰੂਰ ਕਰ ਦੇਣਾ। ਧੰਨਵਾਦ ਜੀ, ਬੈਲ ਦੀ ਘੰਟੀ ਦਬਾਉਣਾ ਨਾ ਭੁੱਲਣਾ ਪੰਜਾਬੀਓ। ਵੀਰੋ 19 ਅਗਸਤ ਦਾ ਸੰਗਤਾਂ ਨੂੰ ਸਿੱਖ ਵੀਰਾਂ ਨੂੰ ਸਾਨੂੰ ਬੜਾ ਇੰਤਜ਼ਾਰ ਸੀ ਕਿ ਬਾਬਾ ਬਕਾਲਾ ਦੀ ਧਰਤੀ 'ਤੇ ਕਿੱਡਾ ਵੱਡਾ ਇਕੱਠ ਹੋਏਗਾ ਜਿਹੜਾ ਇੱਕ ਤਰ੍ਹਾਂ ਦਾ ਸਰਬੱਤ ਖਾਲਸਾ ਬੁਲਾਇਆ ਸੀ। ਅਤੇ ਵੀਰੋ ਜਿਸ ਤਰ੍ਹਾਂ ਅਸੀਂ ਦੇਖਿਆ ਕਿ ਬਹੁਤ ਵੱਡੀ ਤਾਦਾਦ ਦੇ ਵਿੱਚ ਸੰਗਤਾਂ ਆਈਆਂ ਵੈ, ਸੰਗਤਾਂ ਨੇ ਆਪਣਾ ਜਿਹੜਾ ਅੱਗੇ ਰੋਸ ਰੱਖਿਆ ਹੋਇਆ, ਜਿਹੜਾ ਆਪਣਾ ਰੱਖਿਆ ਹੋਇਆ ਨੁਕਤਾ ਨਜ਼ਰ ਉਹ ਰੱਖਿਆ ਹੋਇਆ ਕਿ ਬੰਦੀ ਸਿੰਘ ਉਹ ਸਿੰਘ ਜਿਨ੍ਹਾਂ ਨੇ ਆਪਣੀ ਸਜ਼ਾ ਪੂਰੀ ਕਰ ਲਈ ਹੈ ਫਿਰ ਉਹਨਾਂ ਨੂੰ ਕਿਹੜੇ ਜੁਰਮ ਦੇ ਵਿੱਚ ਅੰਦਰ ਰੱਖਿਆ ਗਿਆ ਹੈ, ਉਹਨਾਂ ਨੂੰ ਰਿਹਾਈ ਦਿੱਤੀ ਜਾਵੇ ਤਾਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਰਿਹਾਈ ਦੇਣ ਵਾਸਤੇ ਕੰਮ ਨੂੰ ਤੇਜ਼ ਕਰ ਦਿੱਤਾ ਗਿਆ ਹੈ। ਸਰਬਜੀਤ ਸਿੰਘ ਖਾਲਸਾ ਨੇ, ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਨੇ, ਉਹਨਾਂ ਦੇ ਭਰਾ, ਉਹਨਾਂ ਦੀ ਮਾਤਾ ਨੇ, ਹੋਰ ਵੱਡੇ ਵੱਡੇ ਜਿਹੜੇ ਲੀਡਰ ਹੈ, ਜਿਹੜੀਆਂ ਸੰਗਤਾਂ ਵੈ, ਜਥੇਬੰਦੀਆਂ ਵੈ, ਉਹਨਾਂ ਨੇ ਵੀ ਭਰਪੂਰ ਸਾਥ ਦੇਣ ਦਾ ਵੀਰੋ ਐਲਾਨ ਕੀਤਾ ਵੈ। ਅਤੇ ਸਰਬਜੀਤ ਸਿੰਘ ਨੇ ਵੀ ਐਲਾਨ ਕੀਤਾ ਵੈ ਕਿ ਹੁਣ ਅਸੀਂ ਆਪਣੀ ਅਲੱਗ ਪਾਰਟੀ ਬਣਾਵਾਂਗੇ। 2027 ਦੇ ਵਿੱਚ ਹੋ ਸਕਦਾ ਜਿਹੜੇ CM ਹੈ ਭਾਈ ਅੰਮ੍ਰਿਤਪਾਲ ਸਿੰਘ ਬਣਨ। ਵੀਰੋ ਜ਼ਬਰਦਸਤ ਇੱਕ ਵੱਡੀ ਗੱਲ ਹੈ, ਇਹੀ ਗੱਲ ਹੈਗੀ ਹੈ ਜੇ ਤੋਂ ਬਹੁਤ ਜ਼ਿਆਦਾ ਸਰਕਾਰਾਂ ਨੂੰ ਟੈਨਸ਼ਨ ਹੈ, ਬਹੁਤ ਜ਼ਿਆਦਾ ਡਰ ਹੈਗਾ ਵਾ ਭਾਈ ਅੰਮ੍ਰਿਤਪਾਲ ਸਿੰਘ ਦੇ ਬਾਹਰ ਆਉਣ ਦਾ। ਅਤੇ ਵੀਰੋ ਇਸੇ ਤਰ੍ਹਾਂ ਹੀ ਅਗਰ ਸਿੱਖ ਪੰਥ ਇੱਕਜੁੱਟ ਹੋਇਆ ਰਿਹਾ, ਹਰ ਜਗ੍ਹਾ 'ਤੇ ਇੱਕਜੁੱਟ ਹੋ ਕੇ ਆਪਣੀ ਗੱਲ ਆਪਣਾ ਮੁੱਦਾ ਸਾਹਮਣੇ ਰੱਖਿਆ, ਤਾਂ ਵੀਰੋ ਉਹ ਦਿਨ ਦੂਰ ਨਹੀਂ ਕਿ ਸਿੱਖਾਂ ਦੀ ਹਰ ਜਿਹੜੀ ਮੰਗ ਹੈ ਉਹ ਮੰਨੀ ਜਾਏਗੀ। ਵੀਰੋ ਤੁਹਾਡੀ ਇਸ ਦੇ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਆਪਣੀ ਰਾਏ ਦਾ ਇਜ਼ਹਾਰ ਲਾਜ਼ਮੀ ਕਰਿਓ। ਆਪਣਾ ਢੇਰ ਸਾਰਾ ਖਿਆਲ ਰੱਖਿਓ, ਦੁਆਵਾਂ ਯਾਦ ਰੱਖਿਓ। ਅੱਲਾ ਹਾਫਿਜ਼।